ਇਸ ਉਚਾਹ ਤੇ ਚਰਚਾ ਦੇ ਦਰਮਿਆਨ ਦੀਆਂ ਕੁਝ ਰਾਜਧਾਨੀ ਦਿੱਲੀ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ। ਨਰਿੰਦਰ ਦਮੋਦਰਦਾਸ ਮੋਦੀ ਉਹਨਾਂ ਦੇ ਨਾਲ, ਅਮਿਤ ਸ਼ਾਹ ਹੋਰ ਵੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਉਹ ਪਹੁੰਚੇ ਹੋਏ ਨੇ। ਤਸਵੀਰਾਂ ਐਕਸਕਲੂਸਿਵ ਸਾਹਮਣੇ ਆਈਆਂ ਨੇ ਰਾਜਧਾਨੀ ਦਿੱਲੀ ਤੋਂ, ਕਿਉਂਕਿ ਅੱਜ ਦਾ ਪ੍ਰੋਗਰਾਮ ਜਸਮੀਤ ਆਪਣੇ ਆਪ ਦੇ ਵਿੱਚ ਵੱਡਾ ਪ੍ਰੋਗਰਾਮ ਇਸ ਗੱਲ ਕਰਕੇ ਹੈ ਕਿਉਂਕਿ ਤੀਸਰੇ ਕਾਰਜਕਾਲ ਦੇ ਵਿੱਚ ਅੱਜ ਸਹੁੰ ਚੁੱਕ ਸਮਾਗਮ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੱਖਿਆ ਗਿਆ ਉਸ ਦੇ ਵਿੱਚ ਦੂਸਰੇ ਮੁਲਕਾਂ ਤੋਂ ਵੀ ਜਿਹੜੇ ਨੇ ਕਾਫੀ ਵਿਸ਼ੇਸ਼ ਸ਼ਖਸੀਅਤਾਂ ਭਾਰਤ ਆ ਰਹੀ ਨੇ। ਰਾਜਧਾਨੀ ਦਿੱਲੀ ਆਲਰੇਡੀ ਪਹੁੰਚ ਚੁੱਕੀਆਂ। ਬਿਲਕੁਲ, ਤਾਂ ਜੀ ਪੰਜਾਬ, ਹਰਿਆਣਾ, ਹਿਮਾਚਲ ਐਕਸਕਲੂਸਿਵ ਤਸਵੀਰਾਂ ਉਸ ਮੀਟਿੰਗ ਦੀਆਂ ਵਿਖਾ ਰਹੇ ਆ ਜਿਸ ਦੇ ਵਿੱਚ ਨਰਿੰਦਰ ਮੋਦੀ ਨੇ ਵੱਲੋਂ ਸੰਬੋਧਨ ਕੀਤਾ ਗਿਆ। ਮੀਟਿੰਗ ਦੇ ਵਿੱਚ ਹਰਦੀਪ ਪੁਰੀ ਵੀ ਮੌਜੂਦ ਨੇ, ਕਈ ਹੋਰ ਵੱਡੇ ਲੀਡਰ ਜੋ ਸੰਭਾਵੀ ਮੰਤਰੀ ਨੇ ਉਹ ਇਸ ਮੀਟਿੰਗ ਦੇ ਵਿੱਚ ਨੇ। ਰਵਨੀਤ ਬਿੱਟੂ ਵੀ ਇਸ ਮੀਟਿੰਗ ਦੇ ਵਿੱਚ ਨੇ, ਮਨੋਹਰ ਲਾਲ ਖੱਟਰ ਤੇ ਕਈ ਹੋਰ ਮੰਤਰੀ ਵੀ ਨੇ। ਨਵੇਂ ਨਵੇਂ ਨਾਮ ਨੇ, ਨਿਰਮਲਾ ਸੀਤਾ ਰਮਨ ਤੋਂ ਇਲਾਵਾ ਕਈ ਨਵੇਂ ਨਾਵਾਂ ਦੀ ਸ਼ਮੂਲੀਅਤ ਹੈ ਜਿਹੜੀ ਇਸ ਫਹਿਰਿਸਤ ਵਿੱਚ ਕੀਤੀ ਗਈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਵਜੋਂ ਸਹੁੰ ਚੁੱਕਣ ਜਾ ਰਹੇ ਨਰਿੰਦਰ ਮੋਦੀ ਦੇ ਵੱਲੋਂ, ਜੋ NDA ਦੇ ਨੇਤਾ ਵੀ ਜਿਨ੍ਹਾਂ ਨੂੰ ਚੁਣਿਆ ਗਿਆ, ਉਹਨਾਂ ਦੇ ਵੱਲੋਂ ਸੰਬੋਧਨ ਸੰਭਾਵਤ ਮੰਤਰੀਆਂ ਨੂੰ ਕੀਤਾ ਗਿਆ, ਜਿਨ੍ਹਾਂ ਦੀਆਂ ਤਸਵੀਰਾਂ ਜੀ ਪੰਜਾਬ, ਹਰਿਆਣਾ, ਹਿਮਾਚਲ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਵਿਖਾ ਰਿਹਾ। ਅਮਿਤ ਸ਼ਾਹ, ਰਾਜਨਾਥ ਸਿੰਘ ਇਸ ਮੀਟਿੰਗ ਦੇ ਵਿੱਚ ਨੇ, ਤਾਂ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇੱਕ ਦੇ ਵਿੱਚ ਇਹ ਲੀਡਰ ਸਾਹਿਬਾਨ ਬੈਠੇ ਹੋਏ ਨੇ ਜੋ ਸੰਭਾਵੀ ਮੰਤਰੀ ਨੇ ਕੇਂਦਰੀ ਬਜ਼ਾਰਤ ਵਿੱਚ, ਤੇ ਦੂਸਰੇ ਪਾਸੇ ਨਰਿੰਦਰ ਮੋਦੀ ਦੇ ਵੱਲੋਂ ਇਹਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ। ਅੱਜ ਸ਼ਾਮ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਵਜੋਂ ਹਲਫ ਲੈਣਗੇ। ਗੁਰਪ੍ਰੀਤ, ਸੁਖਾਸ ਤੌਰ ਤੇ ਮਨੋਹਰ ਲਾਲ ਖੱਟਰ ਦੀ ਜਿਹੜੇ ਨੇ ਉਹ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ, ਕਿਉਂਕਿ ਤੁਹਾਡੇ ਯਾਦ ਹੋਏਗਾ ਹੁਣ ਤੋਂ ਕੁਝ ਸਮਾਂ ਪਹਿਲਾਂ ਜਦੋਂ ਹਰਿਆਣਾ ਦੀ ਸੰਸਦ ਦੇ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਸੀ, ਉਸ ਮੌਕੇ ਤੇ ਉਹਨਾਂ ਨੂੰ CM ਦੇ ਅਹੁਦੇ ਤੋਂ ਸਾਈਡ ਤੇ ਕਰਕੇ ਲੋਕ ਸਭਾ ਚੋਣ ਲੜਾਉਣੀ ਸੀ, ਇਸੇ ਗੱਲ ਕਰਕੇ ਹੁਣ ਉਹਨਾਂ ਨੂੰ ਸੈਂਟਰ ਦੇ ਵਿੱਚ ਲਿਜਾਣਾ ਸੀ। ਸ਼ਾਇਦ ਇਹ ਗੱਲ ਦੀ ਚਰਚਾ ਪਹਿਲਾਂ ਵੀ ਹੋ ਚੁੱਕੀ ਹੈ ਜਸਮੀਤ, ਲੇਕਿਨ ਸੁਭਾਵਿਤ ਜਿਹੜੇ ਚਿਹਰੇ ਨੇ ਉਹ ਤੁਸੀਂ ਵੀ ਜ਼ਿਕਰ ਕੀਤਾ ਕਿ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ, ਲੇਕਿਨ ਨਵੀਆਂ ਚੁਣੌਤੀਆਂ ਵੀ ਹੁਣ ਕਾਫੀ ਨੇ, ਕਿਉਂਕਿ ਆਪੋਜੀਸ਼ਨ ਇਸ ਵਾਰ ਕਾਫੀ ਸਟਰੋਂਗ ਨਜ਼ਰ ਆ ਰਹੀ ਹੈ। ਭਾਵੇਂ ਕਿ 400 ਪਾਰ ਦਾ ਨਾਰਾ ਜ਼ਰੂਰ ਲਾਇਆ ਭਾਰਤੀ ਜਨਤਾ ਪਾਰਟੀ ਨੇ, ਲੇਕਿਨ ਉਸ ਤੱਕ ਪਹੁੰਚ ਨਾ ਸਕੀ, ਥੋੜੀਆਂ ਸੀਟਾਂ ਜ਼ਰੂਰ ਘਟ ਗਈਆਂ। ਤਾਂ ਆਪੋਜੀਸ਼ਨ ਦੇ ਸਟਰੋਂਗ ਦੇ ਵੀ ਕਿਤੇ ਨਾ ਕਿਤੇ ਕਹਿ ਲਈਏ ਕਿ ਹੁਣ ਜਿਹੜੀ ਰੂਲਿੰਗ ਪਾਰਟੀ ਹੈ ਉਸ ਉਸੇ ਹਿਸਾਬ ਦੇ ਨਾਲ ਕੰਮ ਕਰੇਗੀ, ਤਾਂ ਜੋ ਜਿਹੜੇ ਨੇ ਵਿਰੋਧਤਾ ਦੀ ਤਸਵੀਰ ਥੋੜੀ ਜਿਹੀ ਘੱਟ ਨਜ਼ਰ ਆਏ। ਹਾਲਾਂਕਿ ਆਪੋਜੀਸ਼ਨ ਦਾ ਲੀਡਰ ਕਿਹੜਾ ਬਣਦਾ ਹੈ ਕਾਂਗਰਸ ਦੇ ਵਿੱਚ ਜਾਂ ਫਿਰ ਇੰਡੀਆ ਗਠਜੋੜ ਦੇ ਵਿੱਚ, ਇਹ ਦੇਖਣ ਵਾਲੀ ਗੱਲ ਰਹੇਗੀ। ਜ਼ਿਆਦਾਤਰ ਜਿਹੜੀਆਂ ਨੇ ਪੈਰਵਾਈ ਕਰ ਰਹੇ ਨੇ ਆਪੋਜੀਸ਼ਨ ਦੇ ਵਿੱਚ ਕਿ ਰਾਹੁਲ ਗਾਂਧੀ ਬਣੇ, ਲੇਕਿਨ ਅੱਜ ਦੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਲੋਕ ਸਭਾ ਦਾ ਸੈਸ਼ਨ ਤੇ ਲੋਕ ਸਭਾ ਦਾ ਸਪੀਕਰ ਕਿਹੜਾ ਰਹੇਗਾ ਇਹ ਵੀ ਅਹਿਮ ਗੱਲਬਾਤ ਰਹੇਗੀ। ਹਾਲਾਂਕਿ ਹਲਫ ਕਾਫੀ ਲੈ ਰਹੇ ਨੇ ਅੱਜ ਦੀ ਵਜ਼ਾਰਤ ਦੇ ਵਿੱਚ ਜੋ ਸੁਭਾਵਿਕ ਚਿਹਰੇ ਨੇ ਉਹ ਤੁਹਾਡੀ ਟੀਵੀ ਸਕਰੀਨ ਤੇ ਐਕਸਕਲੂਸਿਵ ਤਸਵੀਰਾਂ। ਤਾਂ ਬਿਲਕੁਲ, ਨਰਿੰਦਰ ਮੋਦੀ ਦੇ ਵੱਲੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚਰਚਾ ਜਿਹੜੀ ਸੰਭਾਵਿਤ ਮੰਤਰੀਆਂ ਦੇ ਨਾਲ ਕੀਤੀ ਗਈ ਹੈ। ਤੀਸਰਾ ਕਾਰਜਕਾਲ ਸ਼ੁਰੂ ਹੋਣ ਜਾ ਰਿਹਾ, ਇਸ ਫਹਿਰਿਸਤ ਵਿੱਚ ਪਹਿਲਾ ਨਾਮ ਮਨੋਹਰ ਲਾਲ ਖੱਟਰ ਦਾ ਹੈ, ਸਾਬਕਾ CM ਹਰਿਆਣਾ ਨੇ, ਜੋ ਕਰਨਾਲਾ ਲੋਕ ਸਭਾ ਸੀਟ ਤੋਂ ਇਸ ਵਾਰ ਸੰਸਦ ਚੁਣੇ ਗਏ ਨੇ। ਦੂਸਰਾ ਨਾਮ ਗੁਰੂਗ੍ਰਾਮ ਤੋਂ ਸੰਸਦ ਰਾਓ ਇੰਦਰਜੀਤ ਦਾ, ਉਹ 6ਵੀਂ ਵਾਰ ਸੰਸਦ ਬਣੇ ਨੇ, ਉਹ ਪਿਛਲੀ ਮੋਦੀ ਸਰਕਾਰ ਦੇ ਵਿੱਚ ਵੀ ਮੰਤਰੀ ਸੀ। ਇਸ ਤੋਂ ਇਲਾਵਾ ਫਰੀਦਾਬਾਦ ਤੋਂ ਸੰਸਦ ਕ੍ਰਿਸ਼ਨਪਾਲ ਗੁਰਜਰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ, ਪਿਛਲੀ ਟਰਮ ਦੇ ਵਿੱਚ ਮੰਤਰੀ ਸੀ। ਇਹਨਾਂ ਤਿੰਨਾਂ ਸੰਸਦਾਂ ਨੂੰ PM ਹਾਊਸ ਦੇ ਵਿੱਚ ਚੱਲ ਰਹੀ ਟੀ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ, ਜਿਸ ਤੋਂ ਬਾਅਦ ਮੰਤਰੀ ਬਣਨ ਦੀ ਗੱਲ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਕਿ ਲੋਕ ਸਭਾ ਚੋਣਾਂ ਦੇ ਵਿੱਚ 10 ਦੇ ਵਿੱਚੋਂ 5 ਸੀਟਾਂ ਤੇ ਨੁਕਸਾਨ ਤੇ 3 ਮਹੀਨੇ ਬਾਅਦ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ BJP ਨੇ 3 ਮੰਤਰੀ ਬਣਾਉਣ ਦਾ ਫੈਸਲਾ ਲਿਆ। ਇਸ ਤੋਂ ਇਲਾਵਾ ਜੱਟ ਚਿਹਰੇ ਦੇ ਤੌਰ ਤੇ ਭਵਾਨੀ ਮਹਿੰਦਰਗੜ੍ਹ ਤੋਂ ਚੌਧਰੀ ਧਰਮਵੀਰ ਤੇ ਕੁਰੂਕਸ਼ੇਤਰ ਤੋਂ ਸਾਂਸਦ ਨਵੀਨ ਜਿੰਦਲ ਮੰਤਰੀ ਅਹੁਦੇ ਦੀ ਦੌੜ ਦੇ ਵਿੱਚ ਸ਼ਾਮਲ ਨਜ਼ਰ ਆਏ। ਪੰਜਾਬ ਤੇ ਚੰਡੀਗੜ੍ਹ ਦੀਆਂ 14 ਲੋਕ ਸਭਾ ਸੀਟਾਂ ਤੇ ਇਸ ਵਾਰ BJP ਦਾ ਸੁਪੜਾ ਸਾਫ਼ ਹੋ ਗਿਆ। ਚੰਡੀ ਤੇ ਪੰਜਾਬ ਦੇ ਵਿੱਚ ਮੋਦੀ ਸਰਕਾਰ ਦੇ ਵਿੱਚੋਂ ਇੱਕ ਮੰਤਰੀ ਜ਼ਰੂਰ ਰਹਿੰਦਾ ਸੀ, ਪਰ ਇਸ ਵਾਰ ਕਿਆਸ ਲੱਗ ਰਹੇ ਨੇ ਕਿ ਰਵਨੀਤ ਬਿੱਟੂ ਨੂੰ ਕੇਂਦਰੀ ਬਜ਼ਾਰਤ ਵਿੱਚ ਥਾਂ ਮਿਲ ਸਕਦੀ ਹੈ। ਇਸ ਤੋਂ ਲੈ ਕੇ ਕੁਝ ਵੀ
ਜਿਹੜਾ ਅੱਜ ਸਵੇਰ ਤੱਕ ਕਲੀਅਰ ਨਹੀਂ ਸੀ, ਬਾਅਦ ਵਿੱਚ ਖਬਰਾਂ ਜ਼ਰੂਰ ਆਈਆਂ ਨੇ। ਇੱਥੇ ਹੀ ਮੰਤਰੀ ਅਹੁਦੇ ਦੇ ਲਈ ਸਾਰੇ ਦਾਅਵੇਦਾਰ ਨੇ ਜਿਹੜੇ ਪੰਜਾਬ ਤੋਂ ਤੇ ਚੰਡੀਗੜ੍ਹ ਤੋਂ ਹਾਰ ਚੁੱਕੇ ਨੇ। ਰਵਨੀਤ ਬਿੱਟੂ ਨੂੰ ਸਿੱਖ ਚਿਹਰੇ ਦੇ ਤੌਰ ਤੇ ਭਾਜਪਾ ਦੇ ਵੱਲੋਂ ਵੇਖਿਆ ਜਾ ਰਿਹਾ। ਮੋਦੀ ਕੈਬਨਿਟ 3 ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ। ਮੀਟਿੰਗ ਦੇ ਵਿੱਚ ਵੀ ਗੁਰਪ੍ਰੀਤ, ਰਵਨੀਤ ਬਿੱਟੂ ਸ਼ਾਮਲ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਹਿਮਾਚਲ ਦੇ ਵਿੱਚੋਂ ਮੰਤਰੀ ਪਦ ਦੇ ਅਹੁਦੇਦਾਰਾਂ ਦੇ ਦਾਅਵੇਦਾਰਾਂ ਦੇ ਵਿੱਚ ਸਭ ਤੋਂ ਮਜ਼ਬੂਤ ਰਾਸ਼ਟਰੀ ਪਤਾ ਜਗ ਪ੍ਰਕਾਸ਼ ਨੱਡਾ ਸਾਹਮਣੇ ਆ ਰਹੇ ਨੇ। ਅਨੁਰਾਗ ਠਾਕਰ ਨੂੰ ਇਸ ਵਾਰ ਕਿਹਾ ਜਾ ਰਿਹਾ, ਖਬਰਾਂ ਜੋ ਆ ਰਹੀਆਂ ਨੇ ਕਿ ਡ੍ਰੌਪ ਕੀਤਾ ਜਾ ਸਕਦਾ ਹੈ। ਸੋ ਬਿਲਕੁਲ ਨਵੇਂ ਚਿਹਰੇ ਇਸ ਵਾਰ ਕਾਫੀ ਹੋ ਸਕਦੇ ਨੇ। ਤਾਂ ਉੱਥੇ ਹੀ ਰਵਨੀਤ ਸਿੰਘ ਬਿੱਟੂ ਜੋ ਕਿ ਪੰਜਾਬ ਤੋਂ ਸੈਂਟਰ ਦੇ ਵਿੱਚ ਹੁਣ ਅਹਿਮ ਸਥਾਨ ਰੱਖਣ ਜਾ ਰਹੇ ਨੇ, ਅੱਜ ਸ਼ਾਮ ਨੂੰ ਹਲਫ ਲਿਆ ਜਾਏਗਾ। ਸੋ ਇੱਕ ਜਿਹੜੀ ਇਹ ਮੀਟਿੰਗ ਜਾਂ ਫਿਰ ਕਹਿ ਲਈਏ ਕਿ ਚਾਹ ਤੇ ਆਪਸੀ ਚਰਚਾ, ਆਪਸੀ ਮੰਥਨ, ਆਉਣ ਵਾਲੇ ਸਮੇਂ ਵਿੱਚ ਕੰਮ ਕਿੱਦਾਂ ਕਰਨਾ, ਕਿੱਦਾਂ ਲੋਕਾਂ ਵਿੱਚ ਜਾ ਕੇ ਵਿਚਰਨਾ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਰਿੰਦਰ ਮੋਦੀ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਸਾਰੇ ਚਿਹਰੇ ਨੂੰ ਜੋ ਕਿ ਸੁਭਾਵਿਤ ਚਿਹਰੇ ਨੇ ਕੈਬਨਿਟ ਸੈਂਟਰ ਕੈਬਨਿਟ ਦੇ, ਵਿਸ਼ੇਸ਼ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਕਿਹੋ ਜਿਹੀ ਕਾਰਜ ਪ੍ਰਣਾਲੀ ਰਹੇਗੀ। ਹਾਲਾਂਕਿ ਕਾਫੀ ਚੀਜ਼ਾਂ ਬਿਫੋਰ ਦਾ ਇਲੈਕਸ਼ਨ ਦੇਖਣ ਨੂੰ ਮਿਲੀਆਂ, ਕਾਫੀ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲੀਆਂ, ਲੇਕਿਨ ਉਸਦੇ ਉਲਟ ਕੁਝ ਪ੍ਰੈਡਿਕਸ਼ਨਾਂ ਅਜਿਹੀਆਂ ਕੀਤੀਆਂ ਗਈਆਂ ਜੋ ਕਿ ਐਗਜ਼ਿਟ ਪੋਲ ਦਿਖਾਏ ਕਿ, ਲੇਕਿਨ ਇਸੇ ਦਰਮਿਆਨ ਤੁਹਾਨੂੰ ਇੱਕ ਹੋਰ ਬੜੀ ਇੰਪੋਰਟੈਂਟ ਨਿਊਜ਼ ਦੇ ਦਈਏ ਕਿ AI ਐਗਜ਼ਿਟ ਪੋਲ ਜਿਹੜੇ ਜ਼ੀ ਨਿਊਜ਼ ਦੇ ਸੀ ਬਿਲਕੁਲ ਜਸਮੀਤ ਸਹੀ ਤੇ ਸਟੀਕ ਜਿਹੜੇ ਸਾਬਤ ਹੋਏ ਨੇ, ਬਿਲਕੁਲ ਕਹਿ ਲਈਏ ਕਿ ਨੇੜੇ ਨੇੜੇ ਜਿਹੜੇ ਨੇ AI ਐਗਜ਼ਿਟ ਪੋਲ ਆਏ ਨੇ ਆਪਣੇ ਅਧਾਰੇ ਦੇ, ਤਾਂ ਉੱਥੇ ਹੀ ਗਰਾਊਂਡ ਤੋਂ ਜੋ ਰਿਪੋਰਟ ਸਭ ਨੇ ਆਈ ਅਸੀਂ ਉਹੀ ਜਿਹੜੀ ਹੈ ਲੋਕਾਂ ਤੱਕ ਨਸ਼ਰ ਕੀਤੀ ਹੈ। ਤਾਂ ਹੁਣ ਅੱਜ ਜਿਹੜਾ ਹੈ ਤੀਸਰੇ ਕਾਰਜਕਾਲ ਦਾ ਸਹੁੰ ਚੁੱਕ ਸਮਾਗਮ ਭਾਰਤੀ ਜਨਤਾ ਪਾਰਟੀ ਦਾ, ਉਸ ਦੇ ਵਿੱਚ ਕਾਫੀ ਅਹਿਮ ਚਿਹਰੇ, ਹਾਲਾਂਕਿ ਕੁਝ ਚਿਹਰਿਆਂ ਨੂੰ ਇਸ ਵਾਰ ਮੌਕਾ ਨਹੀਂ ਦਿੱਤਾ ਜਾ ਰਿਹਾ, ਲੇਕਿਨ ਜ਼ਿਆਦਾਤਰ ਪੁਰਾਣੇ ਚਿਹਰੇ ਹੀ ਨਜ਼ਰ ਆ ਰਹੇ ਨੇ ਇਸ ਮੀਟਿੰਗ ਦੇ ਵਿੱਚ। ਜਿਹੜੇ ਜਿਹੜੇ ਵੀ ਹਿੱਸਾ ਬਣੇ ਹੋਏ ਨੇ ਉਹੀ ਵਜ਼ਾਰਤ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਏਗਾ। ਤਾਂ ਬਿਲਕੁਲ ਗੁਰਪ੍ਰੀਤ, ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਦੋਂ ਰਿਜ਼ਲਟ ਆਇਆ ਉਸ ਦੇ ਵਿੱਚ ਹੋਣ ਵਾਲੀ ਹਾਰ ਤੋਂ ਬਾਅਦ ਪਾਰਟੀ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ। ਚੋਣ ਆਯੋਗ ਦੇ ਵੱਲੋਂ ਵਿਧਾਨ ਸਭਾ ਅਨੁਸਾਰ ਜਾਰੀ ਅੰਕੜਿਆਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਹੀ ਪਾਰਟੀਆਂ ਨੇ ਗਰੋਥ ਹੈ ਜਿਹੜੀ ਉਹ ਕੀਤੀ ਹੈ। ਇਸ ਦੇ ਵਿੱਚ ਸਭ ਤੋਂ ਵੱਧ ਚਮਕਾਉਣ ਵਾਲੀ ਗੱਲ ਇਹ ਹੈ ਕਿ ਭਾਜਪਾ ਦਾ ਵੋਟ ਫੀਸਦ ਵਧਿਆ, ਜਦੋਂ ਕਿ ਸੀਟ ਇੱਕ ਵੀ ਭਾਜਪਾ ਜਿਹੜੀ ਉਹ ਨਹੀਂ ਜਿੱਤ ਸਕੀ। 23 ਵਿਧਾਨ ਸਭਾ ਸੀਟਾਂ ਦੇ ਵਿੱਚ ਭਾਜਪਾ ਅੱਗੇ ਰਹੀ ਹੈ। ਆਪ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 92 ਸੀਟਾਂ ਜਿੱਤੀਆਂ ਸੀ, ਪਰ 2024 ਦੀਆਂ ਲੋਕ ਸਭਾ ਚੋਣਾਂ ਦੇ ਰਿਜ਼ਲਟ ਨੇ ਉਹਨਾਂ ਨੂੰ ਮੁਸ਼ਕਲ ਦੇ ਵਿੱਚ ਪਾ ਦਿੱਤਾ ਸੀ। ਤਾਂ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਬੀਜੇਪੀ ਹੈ ਜਿਹੜੀ ਉਹ 23 ਵਿਧਾਨ ਸਭਾ ਸੀਟਾਂ ਤੇ, 23 ਵਿਧਾਨ ਸਭਾਵਾਂ ਤੇ ਉਹ ਅੱਗੇ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਦਾ ਅਹਿਮ ਨਾਮ ਸੈਂਟਰ ਵਜ਼ਾਰਤ ਦੇ ਵਿੱਚ, ਤਾਂ ਉੱਥੇ ਹੀ ਹਾਲਾਂਕਿ ਪਹਿਲਾਂ ਤੋਂ ਹੀ ਭਾਰਤੀ ਜਨਤਾ ਪਾਰਟੀ ਨੇ ਗੱਲ ਕਲੀਅਰ ਕਰ ਦਿੱਤੀ ਸੀ ਕਿ ਜਿਹੜੇ ਮੇਨ ਮਹਿਕਮੇ ਨੇ ਉਹ ਬੀਜੇਪੀ ਆਪਣੇ ਕੋਲ ਰੱਖੇਗੀ। ਹਾਲਾਂਕਿ NDA ਦੇ ਵਿੱਚ ਸਾਰਿਆਂ ਨੂੰ ਮੌਕੇ ਜ਼ਰੂਰ ਦਿੱਤੇ ਜਾ ਰਹੇ ਨੇ, ਲੇਕਿਨ ਮੇਨ ਮਹਿਕਮੇ ਨੇ ਉਹ ਬੀਜੇਪੀ ਆਪਣੇ ਕੋਲ ਰੱਖੇਗੀ ਜਿਵੇਂ ਪਹਿਲਾਂ ਸੀ। ਵਿਸ਼ੇਸ਼ ਤੌਰ ਤੇ ਭਾਵੇਂ ਉਹ ਰੱਖਿਆ ਮੰਤਰਾਲਾ ਜਾਂ ਫਿਰ ਕੁਝ ਹੋਰ ਗ੍ਰਹਿ ਵਿਭਾਗ ਹੋਏ ਜਾਂ ਫਿਰ ਆਪਾਂ ਫਾਈਨੈਂਸ ਡਿਪਾਰਟਮੈਂਟ ਦੀ ਗੱਲਬਾਤ ਕਰ ਲਈਏ, ਹਾਂ ਇੰਨੀ ਗੱਲ ਜ਼ਰੂਰ ਹੋ ਸਕਦੀ ਹੈ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਇਹਨਾਂ ਦੇ ਲਈ ਆਖਿਰ ਕਿਹੜਾ ਮਹਿਕਮਾ ਬੀਜੇਪੀ ਨੇ ਰੱਖਿਆ, ਇਹ ਪੰਜਾਬ ਦੇ ਵਿੱਚ ਇੱਕ ਵੱਡੀ ਗੱਲ ਜ਼ਰੂਰ ਨਜ਼ਰ ਆ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਜਸਮੀਤ ਆਪਾਂ ਦੇਖਿਆ ਕਿ ਜਿਸ ਹਿਸਾਬ ਦੇ ਨਾਲ ਮੈਂਬਰ ਪਾਰਲੀਮੈਂਟ ਜਦੋਂ ਕਾਂਗਰਸ ਤੋਂ ਸੀ ਰਵਨੀਤ ਸਿੰਘ ਬਿੱਟੂ, ਉਸ ਮੌਕੇ ਤੇ ਸੇਗੂ ਬਾਰਡਰ ਦੇ ਉੱਪਰ ਵੀ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਸੀ ਰਵਨੀਤ ਸਿੰਘ ਬਿੱਟੂ ਨੂੰ, ਲੇਕਿਨ ਇਸ ਵਾਰ ਜਦੋਂ ਉਹ ਸੈਂਟਰ ਦੇ ਵਿੱਚ ਵਜ਼ੀਰ ਬਣ ਜਾਣਗੇ ਉਸ ਤੋਂ ਬਾਅਦ ਪੰਜਾਬੀਆਂ ਦਾ ਜਾਂ ਫਿਰ ਇੱਕ ਜਮਾਤ ਜੋ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਵਿੱਢੇ ਹੋਏ ਆ ਆਲਰੇਡੀ, ਉਹਨਾਂ ਨੂੰ ਕਿਸੇ ਹਿਸਾਬ ਦੇ ਨਾਲ ਸਮਝਾਉਂਦੇ ਨੇ, ਕਿਸੇ ਹਿਸਾਬ ਦੇ ਨਾਲ ਉਹਨਾਂ ਦੀਆਂ ਮੰਗਾਂ ਉੱਪਰ ਤੱਕ ਲੈ ਕੇ ਆਉਂਦੇ ਨੇ, ਇਹ ਰਵਨੀਤ ਸਿੰਘ ਬਿੱਟੂ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ। ਬਿਲਕੁਲ। ਤਾਂ ਗੁਰਪ੍ਰੀਤ, NDA ਦੀ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਸਿਆਸੀ ਗਰਮੀਆਂ ਜਿਹੜੀ ਉਹ ਵਧੀ ਹੈ,
ਪੀਐਮ ਨਰਿੰਦਰ ਮੋਦੀ ਨੇ ਮੰਤਰੀ ਬਣਨ ਵਾਲੇ ਇਹਨਾਂ ਲੀਜਾਂ ਨੂੰ ਅੱਜ ਚਾਹ ਤੇ ਬੁਲਾਇਆ, ਗੱਲਬਾਤ ਕੀਤੀ। ਹੁਣ ਸ਼ਾਮੀ 6 ਵਜੇ ਰਾਸ਼ਟਰਪਤੀ ਭਵਨ ਪਹੁੰਚਣ ਦੇ ਲਈ ਆਖਿਆ ਗਿਆ। ਤਾਂ ਇਸ ਦੇ ਨਾਲ ਹੀ ਹੋਰ ਅਪਡੇਟ ਲੈ ਲੈਂਦੇ ਹਾਂ, ਜਾਣਕਾਰੀ ਲੈ ਲੈਂਦੇ ਹਾਂ। ਸਾਡੇ ਨਾਲ ਸਾਡੇ ਸਹਿਯੋਗੀ ਰੋਹਿਤ ਬੰਸਲ ਲਾਈਵ ਜੁੜੇ ਨੇ, ਇਸੇ ਖਬਰ ਤੇ ਤਫਸੀਲ ਦੇ ਨਾਲ ਜਾਣਕਾਰੀ ਦੀ ਸਾਂਝ ਪਾਉਣਗੇ। ਰੋਹਿਤ, ਕਾਫੀ ਸੁਭਾਵਿਕ ਜਿਹੜੇ ਚਿਹਰੇ ਨੇ ਉਹ ਨਜ਼ਰ ਆ ਰਹੇ ਨੇ, ਲੇਕਿਨ ਰਵਨੀਤ ਸਿੰਘ ਬਿੱਟੂ ਬਾਰੇ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਲੇਕਿਨ ਤੁਸੀਂ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜ਼ਿਆਦਾਤਰ ਉਹੀ ਚਿਹਰੇ ਨੇ ਜੋ ਪਹਿਲਾਂ ਸੀ ਉਹਨਾਂ ਕੋਲ, ਖਾਸ ਖਾਸ ਮਹਿਕਮੇ ਉਹੀ ਪੁਰਾਣੇ ਹੀ ਰਹਿਣ ਵਾਲੇ ਨੇ। ਕੀ ਲੱਗਦਾ, ਹੋਰ ਕੀ ਕੁਝ ਅਹਿਮ ਜਾਣਕਾਰੀ ਤੁਹਾਡੇ ਕੋਲ? ਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਪੰਜਾਬ ਦੀ ਸਿਆਸਤ ਤੋਂ ਹੁਣ ਕੇਂਦਰੀ ਸਿਆਸਤ ਦੇ ਵਿੱਚ ਕਹਿ ਲਈਏ ਸਿੱਧੇ ਤੌਰ ਤੇ ਵੱਡੇ ਅਹੁਦੇ ਲੈਣ ਜਾ ਰਹੇ ਨੇ। ਰਵਨੀਤ ਬਿੱਟੂ ਨੂੰ ਕੇਂਦਰੀ ਸਿਆਸਤ ਦੇ ਵਿੱਚ ਮੰਤਰੀ ਹੈ ਜਿਹੜਾ ਕੇਂਦਰੀ ਵਜ਼ਾਰਤ ਦੇ ਵਿੱਚ ਉਹ ਬਣਾਇਆ ਜਾ ਰਿਹਾ, ਨਾਲ ਹੀ ਨਾਲ ਹਰਿਆਣਾ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ, ਉਹਨਾਂ ਨੂੰ ਵੀ ਕੇਂਦਰੀ ਵਜ਼ਾਰਤ ਦੇ ਵਿੱਚ ਅੱਜ ਜਿਹੜੀ ਕਹਿ ਲਈਏ ਕਿ ਸਹੁੰ ਹੈਗੀ ਉਹ ਚੁਕਵਾਈ ਜਾ ਸਕਦੀ ਹੈ। ਇਹ ਦੋ ਚਿਹਰੇ ਅਜਿਹੇ ਨੇ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਨਾਲ ਸੰਬੰਧਿਤ ਨਜ਼ਰ ਆ ਰਹੇ ਨੇ। ਉੱਥੇ ਹੀ ਗੁੜਗਾਉਂ ਤੋਂ ਜਿਹੜੇ MP ਨੇਗੇ ਉਹ ਹਰਿਆਣਾ ਤੋਂ ਨਜ਼ਰ ਆ ਰਹੇ ਨੇਗੇ, ਰਾਓ ਵਰਿੰਦਰ, ਜਿਹੜੇ ਉਹਨਾਂ ਨੂੰ ਲੱਗ ਰਿਹਾ ਕਿ ਜਿਹੜਾ ਮੰਤਰੀ ਹੈ ਕੇਂਦਰ ਦੇ ਵਿੱਚ ਉਹਨਾਂ ਨੂੰ ਬਣਾਇਆ ਜਾ ਸਕਦਾ ਹੈਗਾ। ਇਸ ਤੋਂ ਇਲਾਵਾ ਪੁਰਾਣੇ ਚਿਹਰੇ ਤਮਾਮ ਜਿਹਨਾਂ ਦੇ ਵਿੱਚ ਅਸੀਂ ਜ਼ਿਕਰ ਕਰੀਏ, ਚਾਹੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ, ਚਾਹੇ ਰਾਜਨਾਥ ਸਿੰਘ ਰੱਖਿਆ ਮੰਤਰੀ ਦੇ ਤੌਰ ਤੇ ਹੋਣ, ਹਾਲਾਂਕਿ ਵਿਦੇਸ਼ ਮੰਤਰੀ ਨੂੰ ਲੈ ਕੇ ਹਾਲੇ ਵੀ ਸਸਪੈਂਸ ਬਰਕਰਾਰ ਹੈ ਕਿ ਕੀ ਜੈਸ਼ੰਕਰ ਜੀ ਨੂੰ ਫਿਰ ਤੋਂ ਮੰਤਰੀ ਬਣਾਇਆ ਜਾ ਰਿਹਾ ਜਾਂ ਇੱਕ ਵਾਰੀ ਕਹਿ ਲਈਏ ਕਿ ਇਸ ਚਿਹਰੇ ਦੇ ਉੱਪਰ ਰੋਕ ਲਗਾਈ ਜਾਂਦੀ ਹੈ। ਇਸ ਦੇ ਬਾਰੇ ਹਾਲੇ ਤੱਕ ਕੁਝ ਵੀ ਕਲੀਅਰ ਹੈ ਜਿਹੜਾ ਨਹੀਂ ਕੀਤਾ ਗਿਆ, ਪਰ ਲਗਭਗ ਜਿਹੜੀ ਲਿਸਟ ਹੈ ਉਹ ਕਲੀਅਰ ਹੋ ਚੁੱਕੀ।